ਸਤਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਾਦਾ ਭਲਾ। ਸੋ ਸਾਡੇ ਸਾਰੇ ਮਾਣਯੋਗ ਪਰਿਵਾਰਾਂ ਨੂੰ, ਸਾਡੇ ਸਾਰੇ ਦੋਸਤਾਂ ਮਿੱਤਰਾਂ ਨੂੰ ਗੁਰਦੀਪ ਸ਼ੈਗਲ ਯੂਟਿਊਬ ਚੈਨਲ ਤੇ ਨਿੱਘੀ ਅਸੀਂ ਜੀਆਂ ਕਹਿੰਦੇ ਹਾਂ। ਤੁਹਾਡੇ ਲਈ ਅੱਜ ਅਸੀਂ ਬਹੁਤ ਵਧੀਆ ਵੀਡੀਓ ਲੈ ਕੇ ਆਏ ਹਾਂ, ਗੁੱਡ ਨਿਊਜ਼ ਲੈ ਕੇ ਆਏ ਹਾਂ। ਪਰ ਉਸ ਤੋਂ ਪਹਿਲਾਂ ਗੁਰਦੀਪ ਸਿੰਘ ਸ਼ੈਗਲ ਐਂਡ ਮੈਂ ਬੋਏ ਲਵਦੀਪ ਸ਼ੈਗਲ ਵੱਲੋਂ ਸਤਿ ਸ੍ਰੀ ਅਕਾਲ ਹੈਗੀ ਆ ਤੁਹਾਨੂੰ ਜੀ। ਸੋ ਲਵਦੀਪ ਸ਼ੈਗਲ ਜੀ, ਅੱਜ ਕੀ ਸਵਾਲ ਹੈ ਤੁਹਾਡਾ ਜੀ? ਸਾਨੂੰ ਚਾਹੇ ਔਰ ਟੈਕਸ ਕੱਟ ਬਾਰੇ ਦੱਸੋ। ਸੋ ਲਓ ਜੀ, ਲਵਦੀਪ ਨੂੰ ਵੀ ਚਾਲ ਟੈਕਸ ਕ੍ਰੈਡਿਟ ਮਿਲਣਾ ਜੀ ਉਹ। ਸੋ ਸਾਨੂੰ ਪੁੱਛ ਰਿਹਾ ਕਿ ਜੋ ਚਾਲ ਟੈਕਸ ਕ੍ਰੈਡਿਟ ਕੀ ਆ, ਕਿਉਂਕਿ ਅੱਜ ਜੋ ਆ ਬ੍ਰੇਕਿੰਗ ਖਬਰ ਸਾਡੇ ਪ੍ਰੈਜ਼ੀਡੈਂਟ ਜੋ ਬਾਇਡਨ ਸਾਹਿਬ ਨੇ ਦਿੱਤੀ ਆ, ਅਮੈਰੀਕਨ ਲੋਕਾਂ ਦੇ ਲਈ ਬੜੀ ਖੁਸ਼ੀ ਦੀ ਗੱਲ ਹੈਗੀ ਆ। ਤਾਂ ਬਾਕੀ ਸਾਡੀਆਂ ਵੀਡੀਓਜ਼ ਇਨਫੋਰਮੇਸ਼ਨਲ ਹੁੰਦੀਆਂ ਹੈਗੀਆਂ। ਸੋ ਬਾਕੀ ਡੈਫੀਨਟਲੀ ਇੱਦਾਂ ਦੀਆਂ ਵੀਡੀਓਜ਼ ਦੇਖਣ ਲਈ, ਆਪਣੀ ਜਨਰਲ ਨੌਲੇਜ ਵਧਾਉਣ ਦੇ ਲਈ ਸਾਡਾ ਯੂਟਿਊਬ ਚੈਨਲ ਗੁਰਦੀਪ ਸ਼ੇਰਗਲ ਨੂੰ ਡੈਫੀਨਟਲੀ ਲਾਈਕ ਸਬਸਕ੍ਰਾਈਬ ਤਾਂ ਟੱਲੀ ਜ਼ਰੂਰ ਕਰ ਦਿਓ। ਬਾਕੀ ਸਾਡੇ ਯੂਟਿਊਬ ਚੈਨਲਸ ਲਵਦੀਪ ਸ਼ੇਰਗਲ, ਸੋਨੀਆ ਸ਼ੇਰਗਲ ਨੂੰ ਡੈਫੀਨਟਲੀ ਲਾਈਕ, ਸਪੋਰਟ ਐਂਡ ਸਬਸਕ੍ਰਾਈਬ ਉਹਨੂੰ ਵੀ ਜ਼ਰੂਰ ਕਰੋ। ਸੋ ਲਓ ਜੀ, ਹੁਣ ਆਪਾਂ ਸੁਣਦੇ ਹਾਂ ਕਿ ਜੋ ਚਾਲ ਟੈਕਸ ਕ੍ਰੈਡਿਟ ਆ ਜਾਂ ਟੈਕਸ ਦੇ ਬਾਰੇ ਪ੍ਰਧਾਨ ਸਾਹਿਬ ਜੋ ਬਾਇਡਨ ਦਾ ਕੀ ਕਹਿਣਾ ਹੈਗਾ, ਕਿਹਨਾਂ ਲੋਕਾਂ ਨੂੰ ਪੈਸੇ ਮਿਲਣੇ ਹੈਗੇ ਆ, ਸੋ ਉਹਦੀ ਆਪਾਂ ਗੱਲਬਾਤ ਸੁਣਦੇ ਹਾਂ। ਸੋ ਅਸੀਂ ਉਮੀਦ ਕਰਦੇ ਹਾਂ, ਕਿਉਂਕਿ ਆ ਮਹਾਂਮਾਰੀ ਕਰਕੇ ਸਾਡੇ ਬਹੁਤ ਸਾਰੇ ਜਿਹੜੇ ਪਰਿਵਾਰ ਹੈਗੇ ਆ ਅਮੈਰੀਕਾ ਦੇ, ਇਕੱਲੇ ਅਮੈਰੀਕਾ ਦੀ ਪੂਰੀ ਦੁਨੀਆ ਦੇ ਵਿੱਚ ਬਹੁਤ ਜੋ ਮਹਾਂਮਾਰੀ ਨੇ ਹੱਥ ਚੱਕੀ ਹੈਗੀ ਆ। ਸੋ ਬਾਕੀ ਜੋ ਅਮੈਰੀਕਾ ਸਰਕਾਰ ਹੈਗੀ ਆ ਉਹ ਸਾਰਾ ਕੁਛ ਕਰ ਰਹੀ ਆ ਲੋਕਾਂ ਦੀ ਮਦਦ ਕਰਨ ਦੇ ਲਈ। ਸੋ ਲਓ ਜੀ, ਉਹਦੇ ਬਾਰੇ ਆਪਾਂ ਜੋ ਪ੍ਰਧਾਨ ਸਾਹਿਬ ਜੋ ਬਾਇਡਨ ਨੇ ਗੱਲ ਕੀਤੀ ਹੈਗੀ ਆ, ਉਹਨਾਂ ਨੇ ਕੀ ਕਿਹਾ ਹੈਗਾ ਉਹ ਆਪਾਂ ਸੁਣਦੇ। ਲਵਦੀਪ ਜੀ, ਲਾਈਏ ਜੀ ਵੀਡੀਓ ਫਿਰ। ਹਾਂਜੀ, ਲਓ ਜੀ ਸੁਣਦੇ ਆ ਜੀ, ਆ ਜਾਓ ਜੀ। And that's where I'm going to start. Today is tax day, when everyone's taxes are due. No one likes to pay taxes, I know. But my dad used to say it's a small price to live in this country. But I want to tell everyone with children why, as they're filling their taxes, filing their taxes today, they should know that a new tax cut will be coming their way for working class and middle class folks, and very soon. As everyone knows, we firmly believe, the need to make our tax system work for the middle class. That's why I think we should ask corporations. ਲਓ ਜੀ, ਆ ਜੋ ਹੁਣ ਗੱਲਬਾਤ ਜੋ ਬਾਇਡਨ ਸਾਹਿਬ ਅੱਜ ਟੈਕਸ ਦੀ ਕਰ ਰਹੇ ਹੈਗੇ ਆ, ਕਿਉਂਕਿ ਅੱਜ ਟੈਕਸ ਜਿਹੜਾ ਹੈਗਾ, ਅੱਜ ਟੁਡੇ ਅੱਜ ਲਾਸਟ ਡੇ ਸੀ ਟੈਕਸ ਭਰਨ ਦਾ, ਪਰ ਬਹੁਤ ਸਾਰੇ ਲੋਕਾਂ ਨੇ ਐਕਸਟੈਂਸ਼ਨ ਵਗੈਰਾ ਲਈ ਹੋਈ ਆ। ਬਾਕੀ ਮੈਂ ਬੇਨਤੀ ਕਰਦਾ ਕਿ ਜਿਹਨਾਂ ਲੋਕਾਂ ਨੇ ਐਕਸਟੈਂਸ਼ਨ ਵੀ ਲਈ ਹੋਈ ਆ, ਮੇਕ ਸ਼ੋਰ ਜਿਹੜਾ ਤੁਹਾਡਾ ਟੈਕਸ ਉਹ ਤੁਸੀਂ ਕਰ ਰਹੇ ਆ IRS ਨੂੰ, ਮੇਕ ਸ਼ੋਰ ਪੇ ਜ਼ਰੂਰ ਕਰ ਦਿਓ, ਨਹੀਂ ਤਾਂ ਪਲਾਂਟੀ ਵਗੈਰਾ ਤੁਹਾਨੂੰ ਪੈਣੀ ਹੈਗੀ ਆ। ਹਾਂ, ਅਗਰ ਤੁਸੀਂ ਐਕਸਟੈਂਸ਼ਨ ਲਈ ਆ ਦੈਟਸ ਓਕੇ। ਪਰ ਜੋ ਬਾਇਡਨ ਸਾਹਿਬ ਮਜ਼ਾਕ ਦੇ ਵਿੱਚ ਇੱਕ ਹੋਰ ਗੱਲ ਕਰਦੇ ਸੀ, ਕਹਿੰਦੇ ਵੀ ਕੋਈ ਨਹੀਂ ਲਾਈਕ ਕਰਦਾ ਕਿ ਟੈਕਸ ਪੇ ਕਰੀਏ, ਪਰ ਕਹਿੰਦਾ ਮੇਰੇ ਪਿਤਾ ਜੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਇੰਨੇ ਸੋਹਣੇ ਦੇਸ਼ ਦੇ ਵਿੱਚ ਆਪਾਂ ਰਹਿੰਦੇ ਹਾਂ, ਛੋਟੀ ਜਿਹੀ ਪ੍ਰਾਈਸ ਤਾਂ ਆਪਾਂ ਨੂੰ ਪੇ ਕਰਨੀ ਪੈਣੀ ਆ। ਬਾਕੀ ਮੈਂ ਜ਼ਰੂਰ ਕਹੂੰਗਾ, ਤੁਸੀਂ ਆਪਣਾ ਦੇਖੋ, ਆਪਣੇ ਸਿੱਖ ਧਰਮ ਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਕਿ ਆਪਾਂ ਨਾਮ ਜਪੀਏ, ਕਿਰਤ ਕਰੀਏ ਤਾਂ ਵੰਡ ਛਕੀਏ। ਸੋ ਆਪਣੀ ਜਿਹੜੀ ਕੰਟਰੀਬਿਊਸ਼ਨ ਹੈ ਆਪਾਂ ਜ਼ਰੂਰ ਆਪਾਂ ਕਰੀਏ, ਤਾਂ ਬਾਕੀ ਜਦੋਂ ਅਸੀਂ ਆਪਣਾ ਵਧੀਆ ਟੈਕਸ ਭਰਦੇ ਹਾਂ, ਜਦੋਂ ਆਪਣਾ ਰੈਕਰਡ ਵਧੀਆ ਬਣਦਾ, ਤਾਂ ਅਸੀਂ ਬਹੁਤ ਜ਼ਿਆਦਾ ਗਰੋ ਹੋ ਸਕਦੇ ਹਾਂ। ਆਪਣੀ ਜਿਹੜੀ ਗਰੋਥ ਆ ਨਾ ਉਹ ਅਨਸਟਾਪਬਲ ਆ। ਸੋ ਆਪਣਾ ਜ਼ਰੂਰ ਟੈਕਸ ਜੋ ਆ ਜ਼ਰੂਰ ਭਰਿਆ ਕਰੋ। ਬਾਕੀ ਅਮੈਰੀਕਾ ਸਰਕਾਰ ਸਾਰਾ ਕੁਛ ਕਰ ਰਹੀ ਆ ਲਵਦੀਪ ਜੀ, ਕਿ ਲੋਕਾਂ ਨੂੰ ਬੈਨੀਫਿਟ ਦੇਣ ਲਈ, ਆਮ ਲੋਕਾਂ ਨੂੰ, ਮਿਡਲ ਕਲਾਸ ਕਮਿਊਨਿਟੀਜ਼ ਨੂੰ, ਵਰਕਿੰਗ ਕਲਾਸ ਕਮਿਊਨਿਟੀਜ਼ ਨੂੰ। ਤਾਂ ਬਾਕੀ ਜੋ ਬਾਇਡਨ ਸਾਹਿਬ ਦਾ ਕਹਿਣਾ ਕਿ ਜਿਹੜੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਜਿਹੜੀਆਂ 1%, ਜਿਹੜੀਆਂ ਬਹੁਤ ਵੱਡੀਆਂ ਅਰਬਾਂ ਖਰਬਾਂ ਜੋ ਡਾਲਰ ਕਾਰਪੋਰੇਸ਼ਨ ਕਮਾਉਣੀਆਂ, ਉਹ ਕਹਿੰਦੇ ਆ ਕਿ ਉਹਨਾਂ ਨੂੰ ਜਿਹੜਾ ਟੈਕਸ ਹੈ ਉਹਦਾ ਬਣਦਾ ਦੇਣਾ ਚਾਹੀਦਾ। ਸੋ ਬਾਕੀ ਜੋ ਚਾਇਲਡ ਟੈਕਸ ਕ੍ਰੈਡਿਟ, ਬਹੁਤ ਸਾਰੇ ਕਰੋੜਾਂ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣੇ ਆ, ਅਪ ਟੂ ਕੁਡ ਬੀ 250 ਤੋਂ ਲੈ ਕੇ $500, ਡਿਪੈਂਡ ਆ ਤੁਹਾਡੇ ਕਿੰਨੇ ਬੱਚੇ ਆ। ਸੋ ਲਓ ਜੀ, ਉਹ ਸੁਣਦੇ ਆ ਕਿ ਕਿੱਦਾਂ ਤੁਹਾਨੂੰ ਉਹ ਬੈਨੀਫਿਟ ਮਿਲਣਾ ਹੈਗਾ ਜੀ। ਆ ਜਾਓ ਜੋ ਬਾਇਡਨ ਸਾਹਿਬ। Issues in the top 1% to start paying their fair share, and why we should crack down on millionaires and billionaires who escape taxes by cheating. But I also think we need to give ordinary families a break, a tax break, to help them with the cost of raising their kids. Most people don't know it, but for families with children, we put that tax cut into the American Rescue Plan, which was signed not long ago. And I signed the tax cut into law in March. 90% of the families, all middle-class, working-class families, will get this tax cut. It's a one-year cut that reduces your tax. So, ਲਓ ਜੀ, ਆ ਜਿਹੜਾ ਉਹ ਕਹਿੰਦੇ ਕਿ ਜੋ ਅਮੈਰੀਕਨ ਰੈਸਕਿਊ ਪਲਾਨ ਕਹਿੰਦੇ ਸੀ ਸਾਈਨ ਕੀਤਾ ਜੋ ਲਾਅ ਦੇ ਵਿੱਚ ਮਾਰਚ ਦੇ ਵਿੱਚ, ਕਹਿੰਦੇ 90% ਜਿਹੜੇ ਪਰਿਵਾਰ ਹੈਗੇ ਆ, ਸੋ 90% ਬਹੁਤ ਵੱਡਾ ਨੰਬਰ ਆ ਜੀ।
ਸੋ 90% ਲੋਕਾਂ ਨੂੰ ਆਹ ਜਿਹੜੀ ਜਿਹੜਾ ਆਹ ਟੈਕਸ ਕ੍ਰੈਡਿਟ ਹੈਗਾ ਇਹਨਾਂ ਨੇ ਆਹ ਸਾਲ ਦੇ ਵਿੱਚ ਆਹ ਸਾਲ ਦੇਣਾ ਹੈਗਾ। ਗੱਲ ਚੱਲ ਰਹੀ ਹੈ ਸ਼ਾਇਦ ਇਹਨੂੰ ਐਕਸਟੈਂਡ ਵੀ ਉਹ ਕਰ ਦੇਣ। ਸੋ 90% ਜੋ ਫੈਮਲੀਆਂ ਅਮੈਰੀਕਾ ਦੇ ਵਿੱਚ ਆ ਵਰਕਿੰਗ ਕਲਾਸ ਮਿਡਲ ਕਲਾਸ ਫੈਮਲੀਜ਼ ਉਹਨਾਂ ਨੂੰ ਆਹ ਜੋ ਟੈਕਸ ਬ੍ਰੇਕ ਦਾ ਜੋ ਫਾਇਦਾ ਆ ਉਹ ਹੋਣਾ ਹੈਗਾ ਜੀ। ਟੈਕਸਿਸ ਬਾਈ $3,000 ਅ ਈਅਰ ਫੋਰ ਈਚ ਚਾਈਲਡ ਯੂ ਹੈਵ ਅੰਡਰ ਦੀ ਏਜ ਆਫ 18 ਟੂ ਕਿਡਸ ਇਟਸ ਅ $6,000 ਟੈਕਸ ਕਟ And if those kids are under the age of 6, they'll actually get $3,600 per child. So, Joe Biden sahab kehnde hai ki jo tax credit hai ga, oh kehnde ki $3,000, Lavdeep ji, $3,000 per child, jehde 18 saal ton thalle bachche hai ge ya, unhanu $3,000 da credit milna hai ga per child. So, agar 2 bachche ya, phir 6,000, ta jinnan de jehde bachche 5 saal ton thalle ya, unhanu 3,600. So, baki main cheez hai ji, sarkar ek tarah di aha, ਜਿੱਦਾਂ ਵਧੀਆ ਇੱਕ ਐਕਚੁਅਲੀ ਸਾਡੇ ਟੈਕਸਪੇਅਰਸ ਦੇ ਪੈਸੇ ਟੈਕਸਪੇਅਰਸ ਨੂੰ ਮਿਲ ਰਹੇ ਆ, ਵਧੀਆ ਗੱਲ ਆ, ਕਿਉਂਕਿ ਆਪਣੀ ਇਕੋਨਮੀ ਦੇ ਵਿੱਚ ਕੰਟਰੀਬਿਊਸ਼ਨ ਹੋਊਗੀ, ਕਿਉਂਕਿ ਅਮੈਰੀਕਾ ਸਾਡੇ ਦੇਸ਼ ਅਮੈਰੀਕਾ ਦੇ ਵਿੱਚ ਬਹੁਤ ਸਾਰੇ ਪਰਿਵਾਰ ਜਿਹਨੂੰ ਤਰੱਕੀਆਂ ਕਰ ਰਹੇ ਆ, ਪਰ ਐਟ ਦ ਸੇਮ ਟਾਈਮ ਬਹੁਤ ਸਾਰੇ ਜਿਹੜੇ ਪਰਿਵਾਰ ਹੈਗੇ ਆ ਉਹ ਸਟਰਗਲ ਵੀ ਕਰ ਰਹੇ ਆ। ਸੋ ਬਾਕੀ ਆਹ ਜਿਹੜਾ ਫੈਸਲਾ ਲਿਆ ਗਿਆ ਸਾਡੀ ਅਮੈਰੀਕਨ ਸਰਕਾਰ ਦੇ ਵੱਲੋਂ, ਮਾਣਯੋਗ ਪ੍ਰਧਾਨ ਸਾਹਿਬ ਜੋ ਬਾਇਡਨ ਸਰਕਾਰ ਦੇ ਵੱਲੋਂ, ਅਸੀਂ ਆਹ ਫੈਸਲੇ ਨੂੰ ਅਸੀਂ ਨਿੱਘੀ ਜੀ ਆਇਆਂ ਕਹਿੰਦੇ ਹਾਂ। ਸੋ ਲਵਦੀਪ ਜੀ, ਪੁੱਤ ਆਹ ਚੰਗੀ ਗੱਲ ਆ ਕਿ ਲੋਕਾਂ ਦੀ ਜੋ ਸਰਕਾਰ ਆ ਮਦਦ ਕਰ ਰਹੀ ਆ, ਕਿ ਜਿਹਨੂੰ ਕਿਉਂਕਿ ਬਹੁਤ ਸਾਰੇ ਪਰਿਵਾਰ ਸਟਰਗਲ ਵੀ ਕਰ ਰਹੇ ਆ, ਸੋ ਇਜ਼ ਦਿਸ ਅ ਗੁੱਡ ਥਿੰਗ? ਹਾਂਜੀ, ਆ ਬਹੁਤ ਚੰਗੀ ਗੱਲ ਆ, ਡੈਫੀਨਿਟਲੀ ਰਾਈਟ, ਆ ਚੰਗੀ। ਐਂਡ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਦੁਨੀਆ ਦੀਆਂ ਹੋਰ ਵੀ ਸਰਕਾਰਾਂ ਹੈਗੀਆਂ ਉਹ ਵੀ ਅਮਰੀਕਾ ਵੱਲ ਦੇਖ ਕੇ ਆਪਣੇ ਲੋਕਾਂ ਲਈ ਕੁਛ ਨਾ ਕੁਛ ਜ਼ਰੂਰ ਵਧੀਆ ਕਰਨੀ। ਸੋ ਐਜ਼ ਯੂ ਫਾਈਲ ਯੋਰ ਟੈਕਸਿਸ ਟੁਡੇ, ਨੋ ਦੈਟ ਯੋਰ ਟੈਕਸ ਕਟ ਇਜ਼ ਕਮਿੰਗ, ਬਟ ਦਿਸ ਇਜ਼ ਦ ਗ੍ਰੇਟ ਨਿਊਜ਼। You won't have to wait until your next year's tax return to get that break. I'm announcing today that on July 15th and the 15th of every month thereafter throughout the year, you will get deposited in your bank account half of your tax cut, at least $250 per child each month, a direct deposit into your account. So if you're a working family with two kids, you're going to get $500 a month into your bank account on the 15th of every month starting July. We're getting and we are getting you a tax cut this year now when you need it and not have to wait. And if you get your tax cut refund deposited in your bank account automatically, this tax cut will be put into your account automatically. If not, it will be mailed to you. In addition to helping Americans hard pressed. So Lodi Hona Lavdeep ji unhone keha hega ki oh kehnde ha ki ਜਿਹੜਾ ਟੈਕਸ ਬ੍ਰੇਕ ਹੈਗੀ ਆਹ ਸਾਰੇ ਲੋਕਾਂ ਨੂੰ ਨਹੀਂ ਪਰ 90% ਅਮੈਰੀਕਨ ਲੋਕਾਂ ਨੂੰ ਆ ਮਿਲਣੀ ਹੈਗੀ ਆ। ਸੋ ਜੁਲਾਈ 15th ਤੋਂ $250 ਪਰ ਚਾਈਲਡ ਉਹਨਾਂ ਨੇ ਜੋ ਬੈਨੀਫਿਟ ਦੇਣਾ ਹੈਗਾ। ਸੋ ਲਾਈਕ ਲੈਟਸ ਸੇ ਅਗਰ ਤੁਹਾਡੇ ਪਰਿਵਾਰ ਦੇ ਵਿੱਚ 2 ਬੱਚੇ ਆ ਤਾਂ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ $500 ਅਮੈਰੀਕਾ ਸਰਕਾਰ ਪਾਊਗੀ, ਜਿਹਨੂੰ ਤੁਸੀਂ ਜਿਵੇਂ ਮਰਜ਼ੀ ਯੂਜ਼ ਕਰ ਸਕਦੇ ਆ, ਫੂਡ ਲਈ, ਆਪਣੇ ਰੈਂਟ ਲਈ, ਜਾਂ ਹਾਊਐਵਰ ਯੂ ਐਸ ਵਾਂਟ। ਸੋ ਆਹ ਬਹੁਤ ਚੰਗੀ ਗੱਲ ਹੈ। ਸੋ ਲਵਦੀਪ ਜੀ, ਆਈ ਪਰਸਨਲੀ ਥਿੰਕ ਦਿਸ ਇਜ਼ ਅ ਗ੍ਰੇਟ ਨਿਊਜ਼ ਮੈਨ। ਆਹ ਬਹੁਤ ਵਧੀਆ ਉਪਰਾਲਾ ਕੀਤਾ ਆਪਣੀ ਅਮਰੀਕਾ ਸਰਕਾਰ ਨੇ। ਹਾਂਜੀ, ਬਹੁਤ ਵਧੀਆ। ਸੋ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਆਪਾਂ ਰਲ ਕੇ ਆਪਣੀ ਸਾਰੀ ਦੁਨੀਆ ਨੂੰ ਆਪਾਂ ਵਧੀਆ ਬਣਾਈਏ, ਤਾਂ ਬਾਕੀ ਇੱਦਾਂ ਹੀ ਜੋ ਸਾਡੀਆਂ ਸਮੇਂ ਦੀਆਂ ਸਰਕਾਰਾਂ ਆ ਵਧੀਆ ਵਧੀਆ ਸਟੈਪਸ ਲੈਣ, ਤਾਂ ਕਿ ਆਪਣੇ ਜੋ ਆਮ ਸ਼ਹਿਰੀ ਹੈਗੇ, ਆਮ ਲੋਕ, ਆਮ ਪਿੰਡਾਂ ਵਾਲੇ, ਆਮ ਸ਼ਹਿਰਾਂ ਵਾਲੇ ਆ, ਆਮ ਲੋਕਾਂ ਦੀ ਜੋ ਮਦਦ ਆ ਕੀਤੀ ਜਾਵੇ। ਸੋ ਬਾਕੀ ਅਸੀਂ ਆਪਣੇ ਗੁਰਦੀਪ ਸ਼ੇਗਲ ਚੈਨਲ 'ਤੇ, ਤੁਹਾਡਾ ਆਪਣਾ ਚੈਨਲ ਆ ਜੀ, ਇਹਨੂੰ ਲਾਈਕ ਸਬਸਕ੍ਰਾਈਬ ਤਾਂ ਟੱਲੀ ਜ਼ਰੂਰ ਖੜਕਾਓ। ਅਸੀਂ ਇਹਦੇ ਉੱਤੇ ਡਿਫਰੈਂਟ ਤਰ੍ਹਾਂ ਦੀਆਂ ਜੋ ਵੀਡੀਓਸ ਲੈ ਕੇ ਆਵਾਂਗੇ, ਬਸ਼ੱਕ ਉਹ ਇਮੀਗ੍ਰੇਸ਼ਨ ਦਾ ਮੁੱਦਾ ਹੋਵੇ, ਬਸ਼ੱਕ ਉਹ ਸਾਡੀ ਕਮਿਊਨਿਟੀ ਦਾ ਕੋਈ ਮੁੱਦਾ ਹੋਵੇ, ਤਾਂ ਬਾਕੀ ਬਹੁਤ ਜਲਦ ਅਸੀਂ ਸਟਾਕਸ ਬਾਰੇ, ਕ੍ਰਿਪਟੋ ਕਰੰਸੀ ਬਾਰੇ, ਬਾਕੀ ਰੀਅਲ ਸਟੇਟ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਬਾਕੀ ਅਸੀਂ ਲਵਦੀਪ ਜੀ ਆਪਾਂ ਟਰਾਈ ਕਰਿਆ ਕਰਨੀ ਕਿ ਪੰਜਾਬੀ ਦੇ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਕੁਝ ਜੋ ਵੀਡੀਓਸ ਆ ਆਪਾਂ ਬਣਾਇਆ ਕਰਾਂਗੇ। ਸੋ ਹੁਣ ਅੱਗੇ ਲਈਏ ਲਵਦੀਪ ਸ਼ੇਗਲ ਜੀ। ਹਾਂਜੀ, ਸਾਡੇ ਸਾਰੇ ਦੋਸਤਾਂ ਮਿੱਤਰਾਂ ਨੂੰ ਗੁਰਦੀਪ ਸਿੰਘ ਸ਼ੇਗਲ ਅਤੇ ਮੈਂ ਬੋਏ ਲਵਦੀਪ ਸ਼ੇਗਲ, ਸਤਿ ਸ਼੍ਰੀ ਅਕਾਲ। ਅਗਲੀ ਵੀਡੀਓ ਤੱਕ ਤੁਹਾਡੀ ਅਸੀਂ ਵੇਟ ਕਰਾਂਗੇ, ਸਾਡੀ ਤੁਸੀਂ ਵੇਟ ਕਰਿਓ, ਤਾਂ ਬਾਕੀ ਡੈਫੀਨਟਲੀ ਲਾਈਕ ਐਂਡ ਸਬਸਕ੍ਰਾਈਬ, ਟੱਲੀ ਜ਼ਰੂਰ ਕਰਾ ਦਿਓ ਸਾਡੇ ਯੂਟਿਊਬ ਚੈਨਲ ਦੀ, ਗੁਰਦੀਪ ਸ਼ੇਗਲ, ਲਵਦੀਪ ਸ਼ੇਗਲ ਤਾਂ ਸੋਨੀਆ ਸ਼ੇਗਲ ਦੀ, ਸਤਿ ਸ਼੍ਰੀ ਅਕਾਲ, ਲਵ ਯੂ ਗਾਇਜ਼, ਮਿਲਦੇ ਹਾਂ ਜੀ ਫਿਰ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।